ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਖੜ੍ਹੇ ਨੇ ਸਮਿਤੀ ਜ਼ਿਲ੍ਹਾ ਪ੍ਰੀਸ਼ਦ, ਉਹ ਪਰਸੋਂ ਦੇ ਇੱਥੇ ਫਿਰਦੇ ਆ ਵੀ ਸਾਨੂੰ ਨੋ ਡਿਊ ਸਰਟੀਫਿਕੇਟ ਦਿੱਤੇ ਜਾਣ, ਜਿਹੜੇ ਹੋ ਸੰਬੰਧ ਸਰਟੀਫਿਕੇਟ ਦਿੱਤੇ ਜਾਣ, ਅਪਲਾਈ ਕੀਤੇ, ਆਰਤੀਆਂ ਦਿੱਤੀਆਂ। ਇੱਥੇ ਕੋਈ ਅਫਸਰ ਜਾਂ BDO ਆ, ਸੈਕਟਰੀ ਆ, APO ਕੋਈ ਨਹੀਂ ਵੜਦਾ, ਔਰ ਸਾਰੇ MLA ਦੇ ਘਰੇ ਬੈਠੇ ਆ। ਇੱਕ ਵੀ ਕਾਂਗਰਸੀ ਉਮੀਦਵਾਰ ਇੱਥੇ ਪਰਸੋਂ ਦਾ ਨਹੀਂ ਆਇਆ, ਉਹਨਾਂ ਦੇ ਘਰੇ ਬੈਠੇ ਨੂੰ ਸਰਟੀਫਿਕੇਟ ਦੇਈ ਜਾਂਦੇ ਆ। ਇਹ ਲੋਕ ਰਾਜ ਆ, ਕਿਉਂ ਭੱਜੇ ਇਹ ਗੱਲ ਤੋਂ? ਇਹਨਾਂ ਦਾ ਡਰ ਆ ਵੀ ਕੋਈ ਨਾ ਕੋਈ ਸਰਟੀਫਿਕੇਟ ਨਾ ਲੈ ਸਕਣ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ, ਮੁੜ ਕੇ ਇਹਨੇ ਕਾਜ ਰੱਦ ਕਰ ਦਾਂਗੇ। ਪਰ ਹੁਣ ਅਸੀਂ ਐਫੀਡੈਵਿਟ ਲਾਵਾਂਗੇ, ਐਫੀਡੈਵਿਟ ਲਾ ਕੇ ਸਾਡੇ ਕਿਸੇ ਦੇ ਕਾਜ ਰੱਦ ਨਹੀਂ ਕਰ ਸਕਦੇ। ਇੱਕ ਦੇ ਵੀ ਰੱਦ ਕੀਤੇ ਮੈਂ ਇਹਨਾਂ ਸਾਨੂੰ ਹਾਈ ਕੋਰਟ ਦਿਖਾਊਂਗਾ, ਮਾਨਯੋਗ ਹਾਈ ਕੋਰਟ ਤੋਂ ਇਨਸਾਫ ਲਵਾਂਗੇ। DC ਨੇ ਵੈਸੇ ਸਾਨੂੰ ਭਰੋਸਾ ਦਿੱਤਾ ਵੀ ਤੁਸੀਂ ਐਫੀਡੈਵਿਟ ਲਾ ਦਿਓ ਵੀ ਮੁਲਾਜ਼ਮ ਉੱਥੇ ਹਾਜ਼ਰ ਨਹੀਂ ਸੀ, ਅਸੀਂ ਗਏ ਸੀਗੇ, ਅਤੇ ਉਹਦੇ ਨਾਲ ਹੀ ਸਾਰ ਲਾਂਗੇ, ਤੁਹਾਡਾ ਸਹੀ ਕੰਮ ਹੋਊਗਾ। ਭਰੋਸਾ ਦਿੱਤਾ, ਜੋ ਭਰੋਸੇ ਤੋਂ ਫਿਰ ਵੀ DC ਦੇ ਭਰੋਸੇ 'ਤੇ ਭੱਜੇ, ਥੱਲੇ ਵਾਲੇ ਆਰੋਂ ਭੱਜੇ, ਤਾਂ ਅਸੀਂ ਹਾਈ ਕੋਰਟ ਜ਼ਰੂਰ ਖਾਵਾਂਗੇ ਇਹਨਾਂ ਨੂੰ। ਮੇਰਾ ਇਹੀ ਕਹਿਣਾ ਵੀ ਕੋਈ ਇਹਨਾਂ ਨੂੰ ਖਰਾਬ ਨਹੀਂ ਕਰ ਰਿਹਾ। ਸਾਡੇ ਸਾਰੇ ਸੈਕਟਰੀ ਹੈ ਜਿਹੜੇ NOC ਇਹਨਾਂ ਨੂੰ ਦੇ ਰਹੇ ਆ, ਤੇ ਇੱਥੇ ਬੈਠੇ ਆ। ਮੈਂ ਹੁਣ SDM ਸਾਹਿਬ ਕੋਲ ਆਇਆ, ਜੋ ਵੀ ਕਿਸੇ ਦਾ ਕੋਈ ਪੈਂਡਿੰਗ ਕੰਮ ਹੋਇਆ 2 ਘੰਟੇ ਸਾਰਾ, ਉਹ ਕਹਿੰਦੇ ਸਾਨੂੰ ਸਾਡੇ ਕੋਲ ਨਹੀਂ ਮਿਲ ਰਹੇ। ਤਿੰਨ ਦਿਨ ਹੋ ਗਏ ਜੀ, ਉਹ ਕਹਿੰਦੇ ਵੀ 3 ਦਿਨ ਹੋਏ ਕੋਈ ਸਟਾਫ ਨਹੀਂ ਆ। APO ਕੋਈ ਜਗਦੀਪ ਸਿੰਘ ਹੈਗਾ, ਉਹ ਖਰਾਬ ਕਰ ਰਿਹਾ ਜਾਣਬੁੱਝ ਕੇ, ਆਪਣੇ ਡਿਊਟੀ ਤੇ ਨਹੀਂ ਆ ਰਿਹਾ। 3 ਦਿਨ ਹੋ ਗਏ ਜੀ। ਜਗਦੀਪ ਸਿੰਘ ਉੱਥੇ ਗਿਆ AD ਸਾਹਿਬ ਕੋਲ, ਉਹਨੂੰ ਮੈਂ ਬੁਲਾਇਆ, ਅੱਧੇ ਘੰਟੇ ਕਿਉਂ ਆ ਜਾਂਦਾ, ਉਹ ਕਿਉਂ ਨਹੀਂ ਆ ਰਿਹਾ? ਕਾਰਨ ਹੁੰਦਾ ਕੀ ਜੀ? ਇੱਕ ਇਹਨਾਂ ਦੇ ਵੀ ਇਲਜ਼ਾਮ ਹੈ ਵੀ 3 ਦਿਨ ਹੋ ਗਏ ਨੇ BDO ਦੀ ਕੁਰਸੀ ਖਾਲੀ ਪਈ ਹੈ। ਮੈਂ ਤਾਂ ਡੇਲੀ 9 ਤੋਂ 5 ਹੁੰਦਾ ਡੇਲੀ, ਕੱਲ ਵੀ ਸੀ, ਤੁਸੀਂ ਆ ਕੇ ਦੇਖ ਲੈਂਦੇ, ਮੈਂ ਤਾਂ ਅੱਜ ਵੀ ਹੈ ਕਿ ਨਹੀਂ ਹੋ ਰਿਹਾ ਕੰਮ ਹੋ ਰਿਹਾ।